ਕਾਫੀ ਚਰਚਾ ਤੁਹਾਡੀ ਇਸ ਪਿੰਡ ਦੇ ਵਿੱਚ, ਤੁਹਾਡੇ ਇਸ ਇਲਾਕੇ ਦੇ ਵਿੱਚ, ਕਹਿੰਦੇ ਅਵਾਰਡ ਵਾਲਾ ਕਿਸਾਨ ਤੁਹਾਨੂੰ ਕਿਹਾ ਜਾਂਦਾ, ਅਵਾਰਡ ਬਹੁਤ ਜ਼ਿਆਦਾ ਮਿਲ ਚੁੱਕੇ ਨੇ ਤੁਹਾਨੂੰ। ਇਹ ਸਾਰਾ ਦਾ ਸਾਰਾ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸੀਂ ਨਾਲ ਖੇਤੀ ਕਰ ਰਹੇ ਹਾਂ। ਖੇਤੀਬਾੜੀ ਨੂੰ ਪੰਜਾਬ ਦੇ ਵਿੱਚ ਘਾਟੇ ਦਾ ਸੌਦਾ ਕਿਹਾ ਜਾ ਰਿਹਾ, ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਰੁਜ਼ਗਾਰ ਦੀ ਭਾਲ ਨੂੰ ਜਾ ਰਹੇ ਨੇ, ਪਰ ਅੱਜ ਤੁਹਾਨੂੰ ਇਹੋ ਜਿਹੇ ਕਿਸਾਨ ਦੇ ਨਾਲ ਮਿਲਾਵਾਂਗੇ ਜਿਹਨੇ ਆਪਣੀ ਵਿਗਿਆਨਕ ਖੇਤੀ ਦੇ ਨਾਲ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾ ਲਿਆ। ਸੰਗਰੂਰ ਦੇ ਹਰਿਆਣਾ ਬਾਰਡਰ ਦੇ ਉੱਪਰ ਬਿਲਕੁਲ ਪਛੜੇ ਹੋਏ ਇਲਾਕੇ ਦੇ ਪਿੰਡ ਭੂਲਣ ਦੇ ਵਿੱਚ ਖੜ੍ਹੇ ਹਾਂ, ਜਿੱਥੇ ਸਹੂਲਤਾਂ ਬਹੁਤ ਥੋੜ੍ਹੀਆਂ ਨੇ, ਪਰ ਕਿਸਾਨ ਬਾਲ ਕ੍ਰਿਸ਼ਨ ਆਪਣੇ ਖੇਤਾਂ ਦੇ ਵਿੱਚ ਘਰ ਬਣਾਇਆ ਹੋਇਆ, ਤਿੰਨ ਭਰਾ ਨੇ, ਖੇਤੀ ਕਰਦੇ ਨੇ ਅਤੇ ਵਿਗਿਆਨਕ ਤਰੀਕੇ ਦੇ ਨਾਲ ਯੂਨੀਵਰਸਿਟੀਆਂ ਦੇ ਨਾਲ ਤਾਲਮੇਲ ਰੱਖ ਕੇ ਜਿਹੜੀ ਖੇਤੀ ਆ ਉਹਨੂੰ ਇੱਕ ਵੱਡਾ ਲਾਹੇਵੰਦ ਧੰਦਾ ਬਣਾ ਕੇ ਵਧੀਆ ਜਿਹੜਾ ਰੁਜ਼ਗਾਰ ਆ ਉਹ ਕਰ ਰਹੇ ਨੇ। ਬਾਲਕ੍ਰਿਸ਼ਨ ਜੀ, ਕਾਫੀ ਚਰਚਾ ਤੁਹਾਡੀ ਇਸ ਪਿੰਡ ਦੇ ਵਿੱਚ, ਤੁਹਾਡੇ ਇਸ ਇਲਾਕੇ ਦੇ ਵਿੱਚ, ਕਹਿੰਦੇ ਅਵਾਰਡ ਵਾਲਾ ਕਿਸਾਨ ਤੁਹਾਨੂੰ ਕਿਹਾ ਜਾਂਦਾ, ਅਵਾਰਡ ਬਹੁਤ ਜ਼ਿਆਦਾ ਮਿਲ ਚੁੱਕੇ ਨੇ ਤੁਹਾਨੂੰ। ਜੀ ਸਰ, ਮਿਲ ਚੁੱਕੇ ਨੇ। ਇਹ ਸਾਰਾ ਦਾ ਸਾਰਾ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸੀਂ ਨਾਲ ਖੇਤੀ ਕਰ ਰਹੇ ਹਾਂ, ਉਹਨਾਂ ਦੀ ਦੇਣ ਦੇਖ ਰੇਖ ਦੇ ਨਾਲ ਸਾਨੂੰ ਜਿਹੜਾ ਗਿਆਨ ਪ੍ਰਾਪਤ ਹੋਇਆ ਉਸ ਗਿਆਨ ਨੂੰ ਦੇਖਦੇ ਹੋਏ ਸਾਨੂੰ ਅਵਾਰਡ ਮਿਲ ਰਹੇ ਨੇ ਸਰ। ਕਿਵੇਂ ਦੇਖਦੇ ਹੋ, ਥੋੜ੍ਹਾ ਜਾਣਕਾਰੀ ਵੀ ਦਿਓ, ਜਿਵੇਂ ਤੁਸੀਂ ਇੱਕ ਸਭ ਤੋਂ ਵੱਡੀ ਸਮੱਸਿਆ ਜਿਹੜੀ ਕਹਿ ਰਹੇ ਨੇ ਕਿ ਪਰਾਲੀ ਦੀ ਜਿਹੜੀ ਵੱਡੀ ਸਮੱਸਿਆ ਆ, ਕਿਤੇ ਨਾ ਕਿਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਰਾਲੀ ਦੀ ਵੱਡੀ ਸਮੱਸਿਆ ਹੋ ਜੂਗੀ ਝੋਨੇ ਦੀ ਕਟਾਈ ਤੋਂ ਬਾਅਦ। ਕਿੰਨੇ ਸਾਲ ਹੋ ਗਏ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਹੈਗੀ? ਸਰ, ਅਸੀਂ 2013 ਦੇ ਵਿੱਚੋਂ ਉਸ ਤੋਂ ਬਾਅਦ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ, ਅਤੇ ਪਰਾਲੀ ਨੂੰ ਸਾਂਭਣ ਦਾ ਸਾਡਾ ਇੱਕ ਤਰੀਕਾ ਹੈਗਾ, ਅਸੀਂ ਜਿਹੜੀ ਬਾਂਸਪਤੀ ਦੀ ਖੇਤੀ ਹੈ ਉਹ ਦਾਤੀਆਂ ਨਾਲ ਕਟਵਾ ਕੇ ਪਰਾਲੀ ਨੂੰ ਵੇਚਦੇ ਹਾਂ, ਕਿਉਂਕਿ ਸਾਡੇ ਤੇ ਪਿੰਡ ਦੇ ਵਿੱਚੋਂ 3-4 ਵਪਾਰੀ ਨੇ ਜਿਹੜੇ ਪਰਾਲੀ ਖੇਤਾਂ ਦੇ ਵਿੱਚੋਂ ਇਕੱਠੀ ਕਰਕੇ ਫਿਰ ਉਹਨੂੰ ਸਰਦੀਆਂ ਦੇ ਵਿੱਚੋਂ ਕੁੱਟ ਕੇ ਅਤੇ ਆਪਣੇ ਭੂੰਗ ਭਰ ਕੇ ਰਾਜਸਥਾਨ ਦੇ ਵਿੱਚੋਂ ਵੇਚ ਕੇ ਚੰਗਾ ਮੁਨਾਫਾ ਕਮਾ ਰਹੇ ਨੇ ਉਹ ਵੀ ਅਤੇ ਸਾਨੂੰ ਵੀ। ਮਤਲਬ ਜਿਹੜੀ ਪਰਾਲੀ ਨੂੰ ਕਿਤੇ ਨਾ ਕਿਤੇ ਆਪਾਂ ਸੰਕਟ ਕਹਿੰਦੇ ਹਾਂ, ਝੰਝਟ ਕਹਿੰਦੇ ਹਾਂ ਕਿ ਇਹਦਾ ਨਿਪਟਾਰਾ ਕਿਵੇਂ ਕਰੀਏ, ਤੁਸੀਂ ਉਸ ਤੋਂ ਕਮਾਈ ਕਰ ਰਹੇ ਹੋ? ਯੈਸ ਸਰ, ਅਸੀਂ ਉਸ ਤੋਂ ਕਮਾਈ ਕਰ ਰਹੇ ਹਾਂ। ਅਤੇ ਦੂਜਾ ਸਾਡਾ, ਜਿਵੇਂ ਅਸੀਂ ਪਰਾਲੀ ਰੱਖਦੇ ਹਾਂ, ਪਰਾਲੀ ਦੇ ਰੱਖਣ ਤੋਂ ਬਾਅਦ ਜਿੰਨਾ ਸਾਡਾ ਖਰਚ ਹੁੰਦਾ ਵੀ ਪਸ਼ੂਆਂ ਦੀ ਜ਼ਰੂਰਤ ਹੈਗੀ ਹੈ, ਕਈ ਵਾਰ ਤੂੜੀ ਮਹਿੰਗੀ ਹੋ ਗਈ, ਤੂੜੀ ਵੇਚਦੀ, ਫਿਰ ਅਸੀਂ ਪਸ਼ੂਆਂ ਨੂੰ ਵੀ ਪਰਾਲੀ ਪਾ ਦਿੰਦੇ ਹਾਂ। ਦੂਜਾ ਸਰ ਸਾਡਾ ਲਸਣ ਦਾ ਕੰਮ ਹੈ, ਲਸਣ ਦੀ ਜਿਹੜੀ ਲਵਾਈ ਤੋਂ ਬਾਅਦ ਅਸੀਂ ਮਲਚਿੰਗ ਕਰਦੇ ਹਾਂ, ਉਹਦੇ ਵੀ ਪਰਾਲੀ ਨਾਲ ਕਰਦੇ ਹਾਂ। ਤੀਜਾ ਸਾਡਾ ਪਰਾਲੀ ਕੰਮ ਆਉਂਦੀ ਹੈ, ਮਤਲਬ ਪਿਆਜ਼ ਦਾ ਬੀਜ ਅਸੀਂ ਲਾਉਂਦੇ ਹਾਂ ਸਰ, ਪਿਆਜ਼ ਦੇ ਬੀਜ ਦੀ ਜਿਹੜੀ ਮਲਚਿੰਗ ਕਰਨੀ ਹੈ ਵੀ ਕੱਖਾਂ ਤੋਂ ਵੀ, ਉਹ ਵੀ ਅਸੀਂ ਪਰਾਲੀ ਨਾਲ ਕਰਦੇ ਹਾਂ, ਉੱਥੇ ਵੀ ਸਾਡੀ ਪਰਾਲੀ ਖਪਤ ਹੋ ਜਾਂਦੀ ਹੈ। ਸਾਨੂੰ ਤਾਂ ਇਹ ਕੋਈ ਸਮੱਸਿਆ ਨਹੀਂ ਲੱਗਦੀ, ਸਾਨੂੰ ਤਾਂ ਇੱਕ ਬਹੁਤ ਵੱਡਾ ਕਮਾਈ ਦਾ ਸਾਧਨ ਲੱਗ ਰਹੀ ਇਹ। ਕਿਵੇਂ ਦੇਖਦੇ ਹੋ, ਜ਼ਿਆਦਾਤਰ ਕਿਸਾਨ ਕਣਕ ਝੋਨੇ ਦੇ ਦੋ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਨੇ, ਝੋਨਾ ਵੱਢ ਲਿਆ, ਕਣਕ ਬੀਜ ਲਈ, ਕਣਕ ਵੱਢ ਲਈ, ਝੋਨਾ ਬੀਜ ਲਿਆ, ਉਹ ਕਹਿੰਦੇ ਸੰਕਟ ਆ, ਨੌਜਵਾਨ ਜ਼ਮੀਨਾਂ ਵੇਚ ਰਹੇ ਨੇ, ਵਿਦੇਸ਼ਾਂ ਵੱਲ ਜਾ ਰਹੇ ਨੇ, ਕਹਿੰਦੇ ਖੇਤੀਬਾੜੀ 'ਚ ਕੁਝ ਬਚਦਾ ਨਹੀਂ, ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਨਵੀਆਂ ਵਿਗਿਆਨਕ ਕਾਢਾਂ ਦੇ ਨਾਲ ਬੱਚਤ ਕਿਵੇਂ ਕਰ ਰਹੇ ਹੋ? ਸਰ, ਬੱਚਤ ਦੇ ਕਿਸਾਨ ਕੋਲ ਬਹੁਤ ਸਾਰੇ ਤਰੀਕੇ ਨੇ। ਸਾਡਾ ਬੱਚਤ ਦਾ ਤਰੀਕਾ ਹੈਗਾ, ਸਭ ਤੋਂ ਵੱਡਾ ਸਾਡੇ ਕੋਲ 18 ਪਸ਼ੂ ਨੇ, ਕਿਸਾਨ ਦੁੱਧ ਵੇਚਦੇ ਨੇ, ਅਸੀਂ ਘਿਓ ਵੇਚਦੇ ਹਾਂ। ਦੁੱਧ 50 ਰੁਪਏ ਕਿਲੋ ਜਾਊਗਾ, ਘਿਓ 1 ਕਿਲੋ ਦੁੱਧ ਦੇ ਵਿੱਚੋਂ 100 ਗ੍ਰਾਮ ਤੁਹਾਡਾ ਘਿਓ ਨਿਕਲੂਗਾ, ਸਾਡਾ ਘਿਓ ਮਤਲਬ ਕਿ 1220 ਰੁਪਏ ਕਿਲੋ ਜਾ ਰਿਹਾ, 100 ਗ੍ਰਾਮ ਘਿਓ 120 ਦਾ ਹੋ ਗਿਆ। ਮਿਹਨਤ ਅਲੱਗ ਤੋਂ, ਫਿਰ ਉਹਦੇ ਪਰ ਮਿਹਨਤ ਕਰਦੇ ਹਾਂ, ਪੂਰਾ ਪਰਿਵਾਰ ਮਿਹਨਤ ਕਰਦਾ, ਮਿਹਨਤ ਕਰਕੇ ਤਾਂ ਸਾਰਿਆਂ ਨੂੰ ਇੰਨੀ ਖੁਸ਼ੀ ਮਿਲਦੀ ਹੈ, ਨਾਲੇ ਤਾਂ ਪਸੀਨਾ ਨਿਕਲਦਾ, ਨਾਲੇ ਬਿਮਾਰੀਆਂ ਤੋਂ ਬਚਦੇ ਹਾਂ। ਦੂਜਾ ਸਾਡਾ ਇੱਕ ਛੋਟਾ ਜਿਹਾ ਮਿੰਨੀ ਪੋਲਟਰੀ ਫਾਰਮ ਹੈ, ਦੇਸੀ ਅੰਡੇ ਮਤਲਬ ਆਪਣੇ ਕੀ ਕਹਿੰਦੇ ਨੇ ਉਹਨੂੰ, ਕੜਕਨਾਥ ਦਾ, ਉਹ ਵੀ ਅਸੀਂ ਅੰਡੇ ਵੇਚ ਕੇ ਇੱਕ ਪ੍ਰੋਫਿਟ ਕਮਾ ਰਹੇ ਹਾਂ। ਉਹਦਾ ਵੀ ਤੁਸੀਂ ਦੱਸਿਆ ਸੀ, ਕਹਿੰਦੇ ਸਰੋਂ ਦੀ ਖੇਤੀ ਵੀ ਨਾਲ ਕਰਦੇ ਹੋ, ਤੇਲ ਕੱਢ ਕੇ ਵੇਚਦੇ ਹਾਂ? ਸਰ, ਸਾਨੂੰ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਲੈਕਚਰ ਤੋਂ ਪਤਾ ਲੱਗਿਆ ਵੀ 1 ਕੁਇੰਟਲ ਸਰੋਂ ਦੇ ਵਿੱਚੋਂ 40 ਤੋਂ ਲੈ ਕੇ 42 ਕਿਲੋ ਤੇਲ ਹੁੰਦਾ, ਉਸ ਤੋਂ ਬਾਅਦ ਅਸੀਂ ਕਦੇ ਸਰੋਂ ਵੇਚੀ ਹੀ ਨਹੀਂ।
ਹੁਣ ਅਸੀਂ 3-4 ਕਿੱਲੇ ਸਰੋਂ ਬੀਜਦੇ ਹਾਂ, ਇੱਕ ਕੁਇੰਟਲ ਇੱਕ ਕਿੱਲੇ ਦੇ ਵਿੱਚੋਂ 10 ਕੁਇੰਟਲ ਤੁਹਾਡੀ ਸਰੋਂ ਨਿਕਲ ਗਈ, 10 ਕੁਇੰਟਲ ਤੁਸੀਂ ਮਤਲਬ ਕੋਲੂ 'ਤੇ ਪੜਾਈ ਲਈ, 4 ਕੁਇੰਟਲ ਤੁਹਾਡਾ ਤੇਲ ਹੋ ਗਿਆ, ਸਰੋਂ ਵੇਚਾਂਗੇ 5,000 ਦੇ ਹਿਸਾਬ ਨਾਲ ਤੁਹਾਡੀ 50,000 ਦੀ ਸਰੋਂ ਹੋ ਗਈ। ਜੇ ਅਸੀਂ ਮਤਲਬ ਤੇਲ ਵੇਚਾਂਗੇ 200 ਰੁਪਏ ਕਿਲੋ ਅੱਜ ਤੇਲ ਚੱਲ ਰਿਹਾ, 4 ਕੁਇੰਟਲ ਤੇਲ ਤੁਹਾਡਾ 80,000 ਦਾ ਹੋ ਗਿਆ, 30,000 ਰੁਪਏ ਤੁਹਾਡਾ ਪ੍ਰੋਫਿਟ ਹੋ ਗਿਆ, 4,000 ਰੁਪਏ ਉਹਦੀ ਪੜਾਈ ਦਾ ਖਰਚਾ ਲਾ ਲਓ ਜਿਹੜਾ ਮਤਲਬ ਤੇਲ ਕੱਢ ਕੇ ਆਪਾਂ ਨੂੰ ਦੇਊਗਾ 4 ਰੁਪਏ ਕਿਲੋ ਦੇ ਹਿਸਾਬ ਨਾਲ। ਬਾਕੀ ਸਾਡੇ ਕੋਲ ਸਰ 6 ਕੁਇੰਟਲ ਸਾਡੇ ਕੋਲ ਖਲ ਬਚ ਗਈ, 20-20 ਕਿਲੋ ਖਲ ਪ੍ਰਤੀ ਏਕੜ ਅਸੀਂ ਖੇਤਾਂ ਨੂੰ ਪਾ ਰਹੇ ਹਾਂ, ਕਿਉਂਕਿ ਇਹ ਐਂਟੀ ਫੰਗਸ ਹੁੰਦੀ ਹੈ। ਜੇ ਮਤਲਬ 20 ਕਿਲੋ ਅਸੀਂ ਖਲ ਪਾ ਦੀ, ਇੱਧਰੋਂ ਅਸੀਂ 1 ਕਟਾ ਨਾਈਟ੍ਰੋਜਨ ਦਾ ਘਟਾ ਲਿਆ, ਜਿਹੜੀ ਬਾਕੀ ਖਲ ਬਚ ਗਈ ਅਸੀਂ ਪਸ਼ੂਆਂ ਨੂੰ ਪਾਤੀ। ਇਹ ਵੀ ਕੋ ਤੁਸੀਂ ਪਿਆਜ਼ਾਂ ਦਾ ਵੀ ਕੰਮ ਕਰਦੇ ਹੋ, ਦੱਸਿਆ ਕਿ ਜਿਹੜੀ ਪਿਆਜ਼ ਨੇ ਪਿਆਜ਼ ਨੂੰ ਸੰਭਾਲਣ ਦਾ ਅਤੇ ਉਹਨਾਂ ਦੇ ਬੀਜ ਬਣਾ ਕੇ ਉਹਨਾਂ ਦੀ ਪਨੀਰੀ ਅਲੱਗ ਬੀਜ ਵੇਚਦੇ ਹੋ ਤੁਸੀਂ? ਹਾਂ ਸਰ, ਸਾਡਾ ਪਿਆਜ਼ ਦਾ ਕੰਮ ਵੀ ਹੈਗਾ, ਅਸੀਂ ਪਿਆਜ਼ ਵੀ ਵੇਚਦੇ ਹਾਂ, ਪਿਆਜ਼ ਦੇ ਬੀਜ ਵੀ ਬਣਾਉਂਦੇ ਹਾਂ ਅਤੇ ਪਿਆਜ਼ ਦੀ ਪਨੀਰੀ ਵੀ ਤਿਆਰ ਕਰਕੇ ਅਸੀਂ ਚੰਗੀ ਕਮਾਈ ਕਰ ਰਹੇ ਹਾਂ ਨਾਲ। ਬਾਲਕ੍ਰਿਸ਼ਨ ਜੀ, ਜ਼ਮੀਨ ਕਿੰਨੀ ਆ ਜਿਹਦੇ ਉੱਪਰ ਤੁਸੀਂ ਸਾਰੀ ਮਿਹਨਤ ਕਰਦੇ ਹੋ ਖੇਤੀ ਕਰਦੇ? ਅਸੀਂ ਸਰ 3 ਭਰਾ ਹੈਗੇ, ਸਾਡੇ ਕੋਲ 22 ਏਕੜ ਜ਼ਮੀਨ ਹੈ, ਜੁਆਇੰਟ ਫੈਮਿਲੀ ਹੈ, ਸਾਰਾ ਪਰਿਵਾਰ ਜਿਹੜਾ ਹੱਥੀਂ ਕੰਮ ਹੈ ਸਾਡੇ ਕੋਲ, ਕੋਈ ਲੇਬਰ ਨਹੀਂ, ਕੋਈ ਮਜ਼ਦੂਰ ਨਹੀਂ, ਖੇਤੀ ਕਿਸਾਨੀ ਦਾ ਲਾ ਲਓ, ਪਸ਼ੂ ਪਾਲਣ ਦਾ ਲਾ ਲਓ, ਪਨੀਰੀਆਂ ਦਾ ਲਾ ਲਓ, ਬਾਂਸਮਤੀ ਦੀ ਸਾਂਭ ਸੰਭਾਲ ਦਾ ਲਾ ਲਓ, ਦਵਾਈ ਖਾਦ ਸਪਰੇਅ ਦਾ ਲਾ ਲਓ, ਅਸੀਂ ਸਾਰਾ ਕੰਮ ਸਾਰਾ ਪਰਿਵਾਰ ਰਲ ਮਿਲ ਕੇ ਕਰਦਾ। ਪਰ ਅਗਰ 3 ਕਿਸਾਨ ਦੇਖੋ ਤਾਂ 22 ਏਕੜ ਛੋਟੇ ਕਿਸਾਨਾਂ ਦੇ ਵਿੱਚ ਹੀ ਆਉਂਦੇ ਹੋ, ਕਮਾਈ ਕਿਵੇਂ ਕਰਦੇ ਹੋ? ਕਮਾਈ ਸਰ ਆਪਣੇ ਕੋਲ ਹੈਗੀ ਹੈ, ਜਿਵੇਂ ਵੀ ਅਸੀਂ ਬਾਂਸਮਤੀ ਦਾ ਬੀਜ ਵੀ ਵੇਚਦੇ ਹਾਂ, ਫਿਰ ਉਹ ਤੋਂ ਬਾਅਦ 10 ਏਕੜ ਸਾਡੀ ਬਾਂਸਮਤੀ ਦੀ ਪਨੀਰੀ ਹੈ, ਪਨੀਰੀ ਸਾਡੀ ਹਰਿਆਣੇ ਦੇ ਵਿੱਚ ਜਾ ਰਹੀ ਹੈ, ਪੰਜਾਬ ਦੇ ਵਿੱਚੋਂ ਜਾ ਰਹੀ ਹੈ, ਇਹ 2,000 ਰੁਪਏ ਕਿੱਲੇ ਅਸੀਂ ਪਨੀਰੀ ਵੇਚ ਰਹੇ ਹਾਂ। 1 ਕਿੱਲੇ ਦੇ ਵਿੱਚੋਂ ਸਰ 160 ਮਰਲੇ ਹੁੰਦੇ ਨੇ, 160 ਮਰਲੇ ਹੁਣ ਤੁਸੀਂ ਹਿਸਾਬ ਲਾ ਲਓ, 1,60,000 ਦੀ ਪਨੀਰੀ ਹੋਊਗੀ, 10,000 ਰੁਪਏ ਤੁਸੀਂ ਛੱਡੋ ਪਰਾਂ ਵੀ ਜਿਹੜੇ ਨਹੀਂ ਆਉਂਦੇ, 1,50,000 ਰੁਪਏ ਹੋਗਾ, 1,50,000 ਦੇ ਵਿੱਚੋਂ 75,000 ਰੁਪਏ ਸਾਡਾ ਕਿੱਲੇ ਦਾ ਖਰਚਾ ਹੋ ਗਿਆ, 75,000 ਰੁਪਏ ਸਾਨੂੰ ਬਚ ਰਿਹਾ, 10 ਕਿੱਲਿਆਂ ਦਾ ਸਾਡੇ 7,00,000 ਰੁਪਏ ਪ੍ਰੋਫਿਟ ਆ ਗਿਆ। ਕਿਸਾਨ ਤਾਂ ਕਹਿੰਦੇ ਸਾਨੂੰ ਕਣਕ ਦੇ ਝੋਨੇ ਦੀ ਬਹੁਤ ਮਿਹਨਤ ਲੱਗਦੀ ਹੈ ਵੀ ਉਹੀ ਨਹੀਂ ਸਾਨੂੰ ਖਤਮ ਹੁੰਦਾ, ਤੁਸੀਂ ਇੰਨਾ ਜ਼ਿਆਦਾ ਕੁਛ ਕਰ ਲੈਂਦੇ ਹੋ ਜਿਹਦੇ ਵਿੱਚ ਪਸ਼ੂ ਪਾਲਣ ਵੀ ਕਰ ਰਹੇ ਹੋ, ਪਨੀਰੀ ਵੀ ਵੇਚਦੇ ਹੋ, ਝੋਨੇ ਦੀ ਪਨੀਰੀ ਵੀ ਵੇਚਦੇ ਹੋ ਅਤੇ ਘਿਓ ਵੀ ਕੱਢਦੇ ਹੋ, ਸਰੋਂ ਵੀ ਕੱਢਦੇ ਹੋ, ਤਾਂ ਲੱਗੇ ਰਹਿੰਦੇ ਹੋ? ਸਰ ਇਹ ਸਾਰਾ ਗਿਆਨ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਪ੍ਰਾਪਤ ਹੋਇਆ। ਉਸ ਟਾਈਮ 2012-13 ਤੋਂ ਪਹਿਲਾਂ ਅਸੀਂ ਵੀ ਇਹੀ ਪਰੰਪਰਾਗਤ ਖੇਤੀ ਕਰਦੇ ਸੀ ਵੀ ਕਣਕ ਬੀਜ ਲਈ ਵੱਢਦੀ ਵੇਚਦੀ। ਇਹ ਸਾਰੇ ਜਿਹੜੀ ਗਿਆਨ ਦੀ ਪ੍ਰਾਪਤ ਹੋਈ, ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦਾ ਦਰਵਾਜ਼ਾ ਖਟਖਟਾਇਆ, ਉੱਥੋਂ ਜਿੰਨੀ ਵੀ ਸਮੇਂ ਦੀਆਂ ਟ੍ਰੇਨਿੰਗਾਂ ਨੇ, ਬੀਜ ਬਣਾਉਣ ਦੀ ਟ੍ਰੇਨਿੰਗ ਹੋ ਗਈ, ਪਸ਼ੂ ਪਾਲਣ ਦੀ ਟ੍ਰੇਨਿੰਗ ਹੋ ਗਈ, ਪੋਲਟਰੀ ਦੀ ਟ੍ਰੇਨਿੰਗ ਹੋ ਗਈ, ਪਨੀਰੀ ਬੀਜਣ ਦੀ ਟ੍ਰੇਨਿੰਗ ਹੋ ਗਈ, ਇਹ ਅਸੀਂ ਸਾਰੀ ਟ੍ਰੇਨਿੰਗ ਲਈਆਂ ਹੋਈਆਂ ਨੇ। ਉਸ ਟ੍ਰੇਨਿੰਗ ਦੇ ਵਿੱਚੋਂ ਹੀ ਸਾਨੂੰ ਇਹ ਪਤਾ ਲੱਗ ਗਿਆ ਵੀ ਅਸਲੀ ਜਿਹੜਾ ਮੁਨਾਫਾ ਹੈ ਉਹ ਕਿੱਥੇ ਛੁਪਿਆ ਹੋਇਆ। ਲੱਗਦਾ ਵੀ ਜਿਹੜੇ ਕਿਸਾਨ ਕਹਿ ਰਹੇ ਨੇ ਵੀ ਘਾਟੇ ਦਾ ਧੰਦਾ ਜੀ ਖੇਤੀ ਹੈ ਨਹੀਂ, ਅਗਰ ਉਹ ਵਿਗਿਆਨ ਦੇ ਨਾਲ ਰਲ ਕੇ ਚੱਲਣ, ਵਿਗਿਆਨਕ ਕੇਂਦਰਾਂ ਤੋਂ ਸਿਖਲਾਈ ਲੈਣ ਜਿਵੇਂ ਤੁਸੀਂ ਕਰ ਰਹੇ ਹੋ, ਤਾਂ ਖੇਤੀ ਦੇ ਵਿੱਚੋਂ ਸੋਨਾ ਕੱਢ ਸਕਦੇ ਹੋ? ਯੈਸ ਸਰ, ਮੈਂ ਇਹ ਸਾਰੇ ਕਿਸਾਨ ਵੀਰਾਂ ਨੂੰ ਇਸ ਚੈਨਲ ਦੇ ਮਾਧੇ 'ਤੇ ਇਹ ਕਹਾਂਗਾ ਵੀ ਖੇਤੀ ਜਿਹੜੀ ਹੈ ਉਹ ਘਾਟੇ ਦਾ ਸੌਦਾ ਨਹੀਂ ਹੈ, ਖੇਤੀ ਬਹੁਤ ਹੀ ਲਾਹੇਵੰਦ ਧੰਦਾ ਹੈ। ਬਸ ਇੰਨਾ ਜ਼ਰੂਰ ਹੈ, ਜਿਸ ਕਿਸੇ ਕਿਸਾਨ ਵੀਰ ਨੇ ਹੁਣ ਆਧੁਨਿਕ ਖੇਤੀ ਕਰਨੀ ਹੈ, ਉਹ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਤੋਂ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰੇ, ਭਾਵੇਂ ਉਹ ਮਧੂਮੱਖੀ ਦਾ ਹੈਗਾ, ਪੋਲਟਰੀ ਦਾ ਹੈਗਾ, ਮਸ਼ਰੂਮ ਦਾ ਹੈਗਾ, ਬਾਗਬਾਨੀ ਦਾ ਹੈ, ਜਾਂ ਫਿਰ ਉਹ ਕਣਕ ਝੋਨੇ ਦਾ ਹੀ ਹੈ, ਤਾਂ ਟ੍ਰੇਨਿੰਗ ਜ਼ਰੂਰ, ਕਿਉਂਕਿ ਅੱਜ ਬਿਨਾਂ ਗਿਆਨ ਤੋਂ ਕੁਛ ਵੀ ਨਹੀਂ ਹੈਗਾ। ਸਾਨੂੰ ਤਾਂ ਇਹਨਾਂ ਦੇਖ ਦੇਖ ਕੇ ਨਾ ਜੀ, ਸਾਡੇ ਪਿੰਡ 'ਚ ਸਾਡੇ ਏਰੀਏ 'ਚ ਇਹਨਾਂ ਦੀ ਸੇਖ ਦੇ ਕਾਰਨ ਹੁਣ ਮੈਂ ਵੀ ਜ਼ਿਮੀਦਾਰ ਹਾਂ ਜੀ, ਮੈਂ ਮਤਲਬ ਜਿੱਥੇ 4 ਥੈਲੇ ਯੂਰੀਏ ਦੇ ਪਾਉਂਦਾ ਸੀ ਇਹਨਾਂ ਦੇ ਕਾਰਨ ਮੈਂ 2 ਥੈਲਿਆਂ 'ਤੇ ਆ ਗਿਆ ਜੀ। ਤਾਂ ਤੁਸੀਂ ਹੁਣ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਲੈਂਦੇ ਹੋ, ਤੁਸੀਂ ਇਹਨਾਂ ਤੋਂ ਸਿਖਲਾਈ ਲੈਂਦੇ ਹਾਂ ਜੀ? ਹੋਰ ਪਿੰਡ 'ਚ ਬਹੁਤ ਨੇ ਜੀ ਇਹਨਾਂ ਦੇ ਜਿਹੜੇ, ਮਤਲਬ ਪੂਰੇ ਫੈਨ ਹੈ, ਇੱਕ ਆਪਣਾ ਪੈਲੀ ਹੈ ਮਹਾਸੰਘ ਵਾਲੇ ਪਿੰਡ 'ਚ। ਤੁਹਾਡਾ ਨਾਮ ਜੀ? ਮਹਾਵੀਰ ਹੈ, ਮਹਾਵੀਰ ਸਿੰਘ। ਮਹਾਵੀਰ ਜੀ, ਤਾਂ ਤੁਹਾਡਾ ਇਲਾਕਾ ਤਾਂ ਫਿਰ ਇਹਨਾਂ ਨੂੰ ਆ ਕੇ ਪੁੱਛਦਾ ਵੀ ਖੇਤੀ ਕਿਵੇਂ ਕਰਨੀ? ਹਾਂਜੀ ਹਾਂਜੀ, ਇਹਨੇ ਤੋਂ ਪੁੱਛਦੇ ਹਾਂ ਜੀ, ਔਰ ਬਹੁਤ ਜ਼ਿਮੀਦਾਰ ਇਹਨਾਂ ਤੋਂ ਕਾਲ ਕਰਦੇ ਨੇ, ਅਟੈਂਡ ਵੀ ਕਰਦੇ ਨੇ ਜੀ, ਇਹ ਇਹੀ ਜੀ ਗੱਲ ਨਹੀਂ ਹੈਗੀ, ਇਹ ਦੱਸਦੇ ਨੇ
ਇਹਨਾਂ ਤੋਂ ਜਿਵੇਂ ਆਪਾਂ ਪਿਓਦ ਲੈ ਗਏ, ਹੁਣ ਮੇਰਾ ਦੋਸਤ ਸੀਗਾ ਕੁਲਦੀਪ ਸਰਪੰਚ ਬਾਹਣੀ ਵਾਲਾ ਜੀ, ਉਹ ਲੈ ਕੇ ਗਿਆ 1 ਕੁਇੰਟਲ ਇਹਦੇ ਪਿਓਦ, ਉਹ ਸਾਰਾ ਕੁਝ ਪੁੱਛ ਕੇ ਗਿਆ, ਹੁਣ ਇਹਨਾਂ ਦਾ ਫੈਨ ਹੀ ਹੋ ਰਿਹਾ ਉਹ। ਤੁਹਾਡੇ ਇਲਾਕੇ ਦੇ ਨੌਜਵਾਨ ਕਹਿੰਦੇ ਨੇ ਹੁਣ ਵੀ ਹਾਂ ਕਿਸਾਨੀ ਆ ਜਿਹੜੀ ਖੇਤੀ ਆ ਘਾਟੇ ਦਾ ਧੰਦਾ ਹੁਣ? ਹਾਂਜੀ ਹਾਂਜੀ, ਤਾਂ ਕਹਿੰਦੇ ਨੇ ਜੀ, ਮੈਂ ਹੀ ਕਹਿੰਦਾ ਜੀ, ਮੇਰਾ ਮੁੰਡਾ ਵੀ ਬਾਹਰ ਆਸਟ੍ਰੇਲੀਆ ਜਾ ਰਿਹਾ, ਇਹਨਾਂ ਨੂੰ ਦੇਖ ਕੇ ਹੁਣ ਇਹਨਾਂ ਨੂੰ ਦੇਖ ਕੇ ਸਾਡਾ ਮੂਡ ਬਦਲ ਗਿਆ ਜੀ, ਵੀ ਬਾਹਰ ਤਾਂ ਕੁਛ ਨਹੀਂ ਹੈਗਾ, ਆਪਾਂ ਇਸ ਕਿੱਲੇ 'ਚ ਵੀ ਬਹੁਤ ਕੁਛ ਕੱਢ ਸਕਦੇ ਹਾਂ ਜੀ। ਹੁਣ ਇਲਾਕੇ ਦੇ ਨੌਜਵਾਨ ਨਹੀਂ ਭੇਜੋਗੇ ਤੁਸੀਂ ਬਾਹਰ? ਅਸੀਂ ਨਹੀਂ ਭੇਜਦੇ ਜੀ, ਹੁਣ ਅਸੀਂ ਨਹੀਂ ਭੇਜਦੇ, ਸਾਡਾ ਤਾਂ ਹੁਣ ਇਸ ਸਾਈਡ ਰੁਝਾਨ ਇਹ ਹੋ ਗਿਆ ਵੀ ਆਪਾਂ ਤਾਂ ਉਈਂ ਬੋਲੇ ਹੋ ਰਹੇ ਸੀਗੇ, ਆਪਾਂ ਤਾਂ 2-2.5 ਲੱਖ ਦੀ ਫਸਲ ਤਾਂ ਇਹ ਕੱਢ ਰਹੇ ਹਾਂ ਆਪਾਂ 1 ਕਿੱਲੇ 'ਚ ਜੀ, 1.5-1.5 ਲੱਖ ਦੀ ਫਸਲ ਕੱਢਣੀ ਕਿੱਲੇ 'ਚ, ਇਹ ਆਮਦਨੀ ਹੈ ਜੀ। ਇਹ 15-20 ਕਿੱਲੇ ਠੇਕੇ 'ਤੇ ਵੀ ਲੈਂਦੇ ਨੇ ਜੀ, 10-10-15-15 ਕਿੱਲੇ ਇਹ ਬੀਜਦੇ ਨੇ ਪਨੀਰੀ ਦੇ, ਪਿਓਦ ਲੈ ਕੇ ਜਾਂਦੇ ਨੇ, ਬੜੇ ਜ਼ਿਮੀਦਾਰ ਇਹਨਾਂ ਦੇ ਟੱਚ ਦੇ ਨੇ, ਇਹਦੇ ਕਾਇਲ ਨੇ ਜੀ, ਪੂਰੇ ਇਹਨਾਂ 'ਤੇ ਆਸ਼ਕ ਨੇ, ਇਹੀ ਸਾਡੇ ਵਾਸਤੇ ਤਾਂ ਇਹੀ ਯੂਨੀਵਰਸਿਟੀ ਹੈ ਜੀ, ਅਸੀਂ ਨਹੀਂ ਜਾਂਦੇ ਉੱਧਰ, ਇਹੀ ਜਾਂਦੇ ਨੇ। ਤਾਂ ਬਿਲਕੁਲ ਇਲਾਕੇ ਦੇ ਵਿੱਚ ਨਾਮ ਆ ਬਾਲਕ੍ਰਿਸ਼ਨ ਜੀ ਦਾ, ਜਿੱਥੇ ਕਿਸਾਨ ਨੌਜਵਾਨ ਅੱਜ ਕੱਲ੍ਹ ਖੇਤੀ ਨੂੰ ਘਾਟੇ ਦਾ ਧੰਦਾ ਆਖਦੇ ਨੇ।